ਉਹ ਜ਼ਿਆਦਾ ਆਉਂਦੀ ਸੀ ਜਿਹੜਾ ਕੋਈ ਰਾਹੀ ਵੀ ਲੰਘਦਾ ਸੀ ਸਮੈਲ ਆਉਂਦੀ ਸੀ ਕਿਉਂਕਿ ਸਾਫ਼ ਨਹੀਂ ਸੀ ਹੋਇਆ ਬੜੇ ਸਾਲਾਂ ਤੋਂ ਮਤਲਬ ਸਾਡੀ ਸੰਭਾਲ ਤੋਂ ਪਹਿਲਾਂ ਤਾਂ ਕਿਤੇ ਸਾਫ਼ ਸੁਫ਼ ਹੋਇਆ ਜੀ ਅਤੇ ਚਲੋ ਸਾਨੂੰ ਮੌਕਾ ਮਿਲਿਆ ਹੁਣ ਅਸੀਂ ਇਹਨੂੰ ਸਾਫ਼ ਕਰਕੇ ਅਸੀਂ ਸੀਚੇਵਾਲ ਵਾਲੇ ਖੂਹ ਬਣਾਉਣ ਲੱਗੇ ਹਾਂ ਜੀ ਉਹਦੇ ਕਰਕੇ ਜਿਹੜੀ ਗੰਦੀ ਗਾਭ ਹੈ ਇਹ ਤਾਂ ਲੋਕ ਆਪਣੇ ਖਰਚੇ 'ਤੇ ਲੈ ਕੇ ਜਾ ਰਹੇ ਨੇ ਅਤੇ ਬਾਕੀ ਅਸੀਂ ਜਿੰਨੀ ਮਿੱਟੀ ਵਿੱਚੋਂ ਕੱਢ ਕੇ ਬੰਨ ਵਗੈਰਾ ਬਣਾ ਕੇ ਤਾਂ ਕਿ ਪਾਣੀ ਦੁਬਾਰਾ ਦਿੱਕਤ ਨਾ ਕਰੇ ਕਿਉਂਕਿ 3 ਵਾਰੀ ਮੀਂਹ ਪੈ ਗਿਆ ਸਰ 15 ਦਿਨ ਤੋਂ ਤਕਰੀਬਨ ਤੁਸੀਂ ਦੇਖ ਸਕਦੇ ਹੋ ਪਾਈਪਲਾਈਨ ਪਾ ਕੇ ਬੜੀ ਦੂਰ ਤੱਕ ਪਾਣੀ ਪਹੁੰਚਾਇਆ ਗਿਆ ਅਤੇ ਮਸਾਂ ਛੱਪੜ ਖਾਲੀ ਕੀਤੀ ਗਈ ਹੋਰ ਕੀ ਪਿੰਡ ਦੇ ਵਿੱਚ ਤੁਸੀਂ ਸਫਾਈ ਕਰਾ ਰਹੇ ਹੋ ਕਿਹਦੇ ਦਿਸ਼ਾ ਨਿਰਦੇਸ਼ ਕਰਵਾ ਰਹੇ ਅਸੀਂ ਸੀਵਰੇਜ ਪਾਇਆ ਸਰ ਪਿੰਡ 'ਚ ਜੀ ਅਤੇ ਫਿਰਨੀ ਤਾਂ ਸੜਕ ਬਣਵਾ ਰਹੇ ਹਾਂ ਵੀ ਸੜਕ ਮਨਜ਼ੂਰ ਕਰਾਈ ਹੈ ਜੀ ਨਾਗਰਾ ਸਾਹਿਬ ਦੀ ਬਦੌਲਤ ਨਾਗਰਾ ਸਾਹਿਬ ਦਾ ਕੀ ਕਰਨਾ ਕਹਿਣਾ ਨਾਗਰਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਪਿੰਡ ਨੂੰ ਪਹਿਲ ਦੇ ਆਧਾਰ 'ਤੇ ਉਹ ਦੇਖਦੇ ਨੇ ਅਤੇ ਬਹੁਤ ਜ਼ਿਆਦਾ ਗੰਦਾ ਪਾਰਕ ਪਹਿਲਾਂ ਬਣਵਾ ਕੇ ਦਿੱਤੀ ਜੀ ਬਹੁਤ ਵਧੀਆ ਸਾਫ਼ ਸੁਥਰੀ ਇਸ ਤੋਂ ਬਾਅਦ ਅਸੀਂ ਸਕੂਲ ਦੀ ਬੇਨਤੀ ਕੀਤੀ ਉਹਨਾਂ ਨੂੰ ਸਕੂਲ ਸਾਡਾ ਵੀ ਵਧੀਆ ਦਿਸੇ ਜੀ ਕਿਉਂਕਿ ਪਾਰਕ ਨਾਲ ਜ਼ਿਆਦਾ ਸੋਹਣੀ ਹੈ ਅਤੇ ਬਹੁਤ ਵਧੀਆ ਪ੍ਰੋਜੈਕਟ ਲਿਆ ਰਹੇ ਹਾਂ ਜੀ ਪਿੰਡ 'ਚ ਕੀ ਨਾਮ ਮੇਰਾ ਨਾਮ ਹਰਿੰਦਰਪਾਲ ਸਿੰਘ ਪਿੰਡ ਮੇਰੇ ਮੈਂ ਗੁਰਦੇਵ ਸਿੰਘ ਬੋਲਦਾ ਜੀ ਸਾਡੇ ਪਿੰਡ 'ਚ ਵੀ ਸਫਾਈ ਚੱਲ ਰਹੀ ਹੈ ਜੀ ਜਿਹੜੀ ਮਹਾਂਵਾਰੀ ਚੱਲ ਰਹੀ ਹੈ ਉਹਦੇ ਸੰਬੰਧ ਵਿੱਚ ਜੀ ਬਿਮਾਰੀ ਫੈਲਣ ਕਰਕੇ ਜੀ ਆਪਣੇ ਪਿੰਡ 'ਚ ਵੀ ਸਫਾਈ ਕਰਾ ਰਹੇ ਹਾਂ ਜੀ ਅਤੇ ਦੇਖ ਲਓ ਵੀ ਕਦੀ ਇਹ ਆਪਣੇ ਸਫਾਈ ਹੋਈ ਹੈ ਜੀ ਹੁਣ ਪੰਚਾਇਤ ਦਾ ਕੀ ਕਹਿਣਾ ਚਾਹੁੰਦੇ ਪੰਚਾਇਤ ਪੰਚਾਇਤ ਦਾ ਹੀ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਦੀ ਸਫਾਈ ਦਾ ਕਰਨ ਦਾ ਮੌਕਾ ਦਿੱਤਾ ਜੀ